ਲਓ ਬਈ ਫਾਈਨਲੀ ਅੱਜ ਕਿੰਨੇ ਦਿਨਾਂ ਬਾਅਦ ਤਿਆਰੀ ਹੋਣ ਦੀ, ਕਿੱਧਰ ਜਾਣ ਦੀ? ਉਹ ਵੀ ਤਿਆਰੀ ਬਸ ਏਦਾਂ ਹੀ 15 ਦਿਨ ਤਾਂ ਹੋ ਗਏ ਹੁਣੇ ਆ। ਦੋ ਹਫ਼ਤੇ ਹੋ ਗਏ ਹਨਾ ਬੁਖਾਰ ਦੇ ਨਾਲ। ਬੁਖਾਰ ਕੀ ਏਦਾਂ ਦੇ ਹੁੰਦੇ ਬੰਦੇ ਦੀ ਮੱਤ ਮਾਰ ਕੇ ਦਿੰਦਾ। ਬੜੇ ਦਿਨਾਂ ਬਾਅਦ ਅਸੀਂ ਅੱਜ ਚੱਲੇ ਆ ਘਰੋਂ ਬਾਹਰ ਸ਼ਾਮ ਦੇ ਟਾਈਮ, ਆਪਾਂ ਵੇਖ ਚੱਲੇ ਆ ਮੇਲਾ, ਜਿੱਦਾਂ ਆਪਾਂ ਇੰਡੀਆ 'ਚ ਨਹੀਂ ਕਹਿੰਦੇ ਹੁੰਦੇ ਮੇਲਾ ਵੇਖ ਚੱਲੇ, ਰਾਤ ਦਾ ਗਾਉਣ ਵਾਲੀ ਲੱਗਣੀ ਆ। ਅੱਜ ਚੱਲੇ ਉੱਥੇ, ਮੈਂ ਚੱਲ ਘੁੰਮ ਆਉਂਦੇ ਹਾਂ। ਵੈਸੇ ਵੀ ਕਿੰਨੇ ਦਿਨ ਹੋ ਗਏ ਘਰੋਂ ਬਾਹਰ ਤਾਂ ਆਪਾਂ ਗਏ ਨਹੀਂ, ਨਿਆਣੇ ਵੀ ਵਿਚਾਰੇ, ਕਿਉਂਕਿ ਮੈਂ ਘਰੋਂ ਜਾਵਾਂ ਤਾਂ ਨਿਆਣੇ ਵੀ ਮੇਰੇ ਨਾਲ ਹੀ ਜਾਣ, ਅਤੇ ਮੈਂ ਨਹੀਂ ਗਈ ਅਤੇ ਨਿਆਣੇ ਵੀ ਨਹੀਂ ਗਏ। ਇੰਨੇ ਹੁਣ ਆਪਣੇ ਸਾਹਿਬ ਨੂੰ ਵੇਖਿਓ, ਸਿਰ ਵਾਹਣਾ ਨਾ ਇੰਨੇ ਵਾਲ ਸਾਰ ਲੈਣੇ ਸਾਹਿਬਾ, ਦੁਬਾਰਾ ਵਾਹੁਣੇ ਪੈਣਾ। ਕੀ ਗੱਲ ਲੱਗੀ ਜੀ? ਡਿੱਗ ਗਈ ਸੀ ਇਹ ਇਹ ਪੁੱਤ ਬੁਰਸ਼ਨਾ ਸਿਰ ਵਾਈ ਦਾ ਨਾ 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 ਪਰ ਤੂੰ ਨੀ ਵਾਹੁਣਾ ਆਪਣਾ ਸਿਰ ਲੈ ਮਿਲਦੇ ਦੇ ਬਰਾਵੋ ਮੈਨੂੰ ਨਾ ਡਰ ਵੀ ਲੱਗਣ ਡਿਆ ਗਰਮੀ ਤੋਂ। ਅੱਜ ਦੇ ਨਿਆਣੇ ਡਰ ਗਏ ਦੋਵੇਂ ਗਰਮੀ ਚ। ਮੈਂ ਨਾ ਇਹਨਾਂ ਨੂੰ ਕਿਹਾ ਮੈਂ ਚਲੋ 10 ਮਿੰਟ ਬਾਹਰ ਖੇਡੋ, ਥੋੜਾ ਕੁ ਟਾਈਮ ਆ, ਮੈਂ ਰੋਟੀ ਬਣਾਉਣਾ। ਰੋਂਦੇ ਸੀ, ਅੰਦਰ ਲੜੀ ਜਾਂਦੇ ਸੀ। ਹਾਏ ਦੋਵਾਂ ਦੇ ਮੂੰਹ ਤਰਨ ਇੱਦਾਂ ਹੋ ਗਏ ਜਿੱਦਾਂ ਨਾ ਧੱਫੜ ਨੀ ਪੈ ਜਾਂਦੀ, ਲਾਲ ਰੰਗ ਦੇ ਹੋ ਜਾਂਦੇ ਧੱਫੜ ਪੈ ਪੈ ਕੇ। ਕਹਿੰਦੀ ਗਰਮੀ ਲੱਗਦੀ, ਗਰਮੀ ਇਹ ਪਤਾ ਕਿਆ। ਹਾਏ ਮੰਮਾ ਕਦੋਂ ਕੰਮ ਫਿਨਿਸ਼ ਹੋਣਾ ਵਾ, ਕਦੋਂ ਠੰਡੇ ਪਾਣੀ ਨਾਲ ਹੀ ਨਹਾਉਣਾ ਵਾ। ਇਹਨਾਂ ਦੇ ਮੂੰਹ ਦੋਵਾਂ ਦੇ ਲਾਲ ਜਿੱਦਾਂ ਚਪੇੜਾ ਮਾਰ ਮਾਰ ਕੀਤੇ ਹੁੰਦੇ ਨਾ ਇੱਦਾਂ ਦੇ, ਤਾਂ ਮੈਨੂੰ ਵੇ ਮੈਂ ਹਾਂ। ਫਿਰ ਮੈਂ ਇਹਨਾਂ ਕੋਲ ਪੱਖਾ ਲਵਾਇਆ ਬਾਹਰ ਪਹਿਲਾਂ ਏਸੀ ਦਾ, ਉਹਦੇ ਨਾਲ ਨੀ ਫਰਕ ਪਿਆ। ਫਿਰ ਏਸੀ ਚਲਾਇਆ ਅੱਧਾ ਘੰਟਾ, ਫਿਰ ਜਾ ਕੇ ਦੋਵੇਂ ਜਣੇ ਸੈੱਟ ਹੋਏ। ਇਹਦੇ ਹੋਰ ਤਰ੍ਹਾਂ ਦੇ ਹੋ ਗਏ ਲਮਕੇ ਜੇ, ਪਤਾ ਨੀ ਕਿੱਦਾਂ ਦੇ। ਚਲੀਏ ਆਲੂ ਜੂਸ ਵੀ ਇੱਕ ਰੱਖ ਲਓ, ਚਲੀਏ। ਕੁਛ ਖੜਨਾ ਮੈਂ ਆਪਣਾ ਪਰਸ ਵਗੈਰਾ, ਕੁਛ ਲੋੜ ਨੀ ਹਨਾ, ਘੰਟਾ ਕੀ ਅਸੀਂ ਜਾਣਾ ਵਾ। ਟਿਸ਼ੂ ਪੇਪਰ ਲੈ ਲਈਏ ਨਿਆਣੇ ਦੇ ਮੂੰਹ ਸਾਫ਼ ਕਰਨ, ਛਾਣ ਇਹਨਾਂ ਨੂੰ ਨਾ ਥੱਲੇ ਰੱਖ ਲਾ, ਉਹ ਉੱਥੇ ਥੱਲੇ ਰੱਖ ਦੇ ਮੇਰਾ ਪੁੱਤ। ਤੈਨੂੰ ਟਿਸ਼ੂ ਪੇਪਰ ਫੜੋਗੇ? ਹਾਂ ਆਏ ਕੈਮਰਾ ਫੜੇ ਹੋਣੀ, ਮੈਂ ਕਰਕੇ ਆ ਕਿਹੜੇ ਵੇਰ ਤੇ ਸਾਹਿਬਾ।
ਚਲੋ ਕੱਪੜਾ ਪੁੱਤ ਪੁੱਠੀਆਂ ਰੱਖੀ ਆਪਣੀਆਂ ਬੜੇ ਦਿਨਾਂ ਬਾਅਦ ਤਿਆਰ ਜਿਹਾ ਹੋ ਕੇ ਆਪਣੇ ਆਪ ਨੂੰ ਚੰਗਾ ਜਿਹਾ ਲੱਗਣ ਡਿਆ ਆ ਕਿ ਮੈਂ ਸਹੀ ਹਾਂ ਕੁਛ ਬਾਹਰ ਹੁਣ ਤੁਰ ਫਿਰ ਕੇ ਘੰਟੇ ਕੁ ਬਾਅਦ ਆਉਂਦੇ ਫਿਰ ਪਤਾ ਲੱਗੂ ਸਹੀ ਹੈ ਕਿ ਨਹੀਂ ਉੱਧਰ ਸਾਹਿਬ ਕੋਈ ਮਸਤੀ ਚ ਲੱਗਾ ਚਲੀਏ ਸ਼ਾਨੀ ਚਲਿਓ ਚਲੋ ਮਸਤੀ ਮਸਤੀ ਕਰੀਏ ਮਸਤੀ ਆਜੋ ਆਜੋ ਤੁਹਾਨੂੰ ਕਿੱਦਾਂ ਹੈ ਕਹਿੰਦਾ ਪਿਓ ਪੁੱਤਾਂ ਨੂੰ ਰਾਤ ਨੂੰ ਕਿਸੇ ਨੇ ਵੇਖਣਾ ਲਾਈਟਾਂ ਬੰਦ ਕਰ ਕਿਉਂ ਨੀ ਪਾਉਣਾ ਚੱਲ ਕੋਈ ਗੱਲ ਉਹਨੂੰ ਆਪਣਾ ਚਾਹੀਦਾ ਲੈ ਦਾਂਗੇ ਹੁਣ ਜਿੱਦਾਂ ਜਾਵਾਂਗੇ ਨਾ ਸਮਾਨ ਲੈ ਫਿਰ ਆਜੋ ਆਜੋ ਮੈਂ ਬਾਹਰ ਆਣ ਕੇ ਅੱਜ ਵਧੀਆ ਲੱਗਣ ਡਿਆ ਥੋੜੇ ਦੇਣੀ ਅਗਸਤ ਦੇ ਆਈ ਹੁੰਦੀ ਆ ਉਦੋਂ ਤੱਕ ਐਂਡ ਹੁੰਦਿਆਂ ਹੁੰਦਿਆਂ ਅਗਸਤ ਤੇ ਦਿਨਾਂ ਦਾ ਫਰਕ ਬਸ ਆਹ ਦੋ ਹੀ ਮਹੀਨੇ ਆ ਆਹ ਤਾਂ ਲੰਘ ਗਏ ਹੁਣ ਪੰਜ ਛੇ ਦਿਨ ਇਸ ਮਹੀਨੇ ਦੇ ਆਹ ਕੀ ਕਰਦੇ ਆ ਆਵਾਜ਼ ਨਹੀਂ ਹੋਣੀ ਉਹਦੇ ਉੱਪਰ ਉਹਨੇ ਤਾਂ ਦਸ ਐਰੋ ਲੈਣੇ ਉਹਨੇ ਨਾ ਆਪਣੇ ਦਸ ਐਰੋ ਲੈਣੇ ਆ ਪਾਪਾ ਉਹਨੂੰ ਕੱਲ ਤਾਂ ਕਿਹਾ ਸੀ ਤੈਨੂੰ ਪੰਜ ਐਰੋ ਮਿਲਦੇ ਆ ਉਹਨੂੰ ਦਸ ਐਰੋ ਦੇਤੇ ਆ ਉਹ ਬੜਾ ਖੁਸ਼ ਆ ਆਹੋ ਹਨੇਰਾ ਬਾਲਾ ਹੀ ਹੋ ਗਿਆ ਇੱਥੇ ਜੀ ਉਹ ਪਾਪਾ ਚੱਲ ਗਏ ਉਹ ਚੱਲ ਗਏ ਪਾਪਾ ਸਾਹਿਬ ਪਾਪਾ ਸਾਹਿਬ ਪਾਪਾ ਕਿੱਥੇ ਆ
ਪਾਪਾ ਕਿੱਥੇ ਪਾਪਾ ਪਾਪਾ ਕਿੱਥੇ ਓ ਪਾਪਾ ਆਈ 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 ਬਸ ਨਿਆਣਿਆਂ ਨੂੰ ਖੇਡਾਂ ਚਾਹੀਦੀਆਂ ਉਹ ਬਾਲਾਂ ਦੀ ਉਹ ਸਮਝ ਆ ਗਈ ਤੈਨੂੰ ਉਹ ਕਿੱਦਾਂ ਖੋਲ ਕੇ ਵੇਖ ਲਓ ਹਾਂ ਹਾਂ ਉਹ ਦੇ ਦੇ ਇਹਨੂੰ ਚੱਲ ਡੱਬਾ ਕਿਹੜਾ ਲੈਣਾ ਖਾਣਾ ਵੇ ਉਹਦੇ ਹੱਥ ਨਹੀਂ ਲਾਉਣ ਛਾਣੀ ਉਹ ਪੜ ਲਾ ਆਪਣੀ ਗੱਡੀ ਸਾਹਿਬਾਂ ਚਲੋ ਫਿਰ ਉੱਧਰ ਵਾਲੇ ਤੋਂ ਖਾਣੇ ਉਹ ਵਾਲੇ ਤੋਂ ਕਿ ਇੱਧਰ ਤਾਂ ਕੋਈ ਹੈ ਨਹੀਂ ਹੋਰ ਜਲੰਧਰੀ ਆ ਉਹੀ ਆ ਇੱਕ ਹੈ ਉੱਧਰ ਰਸ਼ ਬੜਾ ਜਾ ਉਹ ਉੱਥੇ ਆ ਜਲੰਧਰੀ ਆ ਸਾਰੇ ਬੰਨੇ ਉਹ ਰਸ਼ ਬੜਾ ਵਾ ਉੱਥੋਂ ਹੀ ਚਲੋ ਗੱਗੀ ਪੁੱਤ ਸਿਰ ਚਲਾਵਾਂਗੇ ਹੁਣ 12 ਵੱਜ ਗਏ ਨਾ ਰਾਤ ਸਾਰੇ ਸੌਂ ਗਏ ਆ ਤੇਰੇ ਬੂਟ ਚੁੱਕਿਓ ਹਾਂ ਅੱਗੋ ਆਪਣੇ ਵੀ ਬੂਟ ਉੱਥੇ ਚੁੱਕ ਆਪਣੇ ਚੁੱਕ ਕੇ ਲੈ ਗਿਆ ਮੈਂ ਉਹਨੂੰ ਗੱਡੀ ਚਲਾਤੀ ਉਹਨੇ ਬੂਟ ਉੱਥੇ ਸਿੱਟ ਦੇ ਬੂਟ ਨਾ ਬਾਹਰ ਹੀ ਰੱਖ ਦਿਓ ਸਾਰੇ ਸਾਨ ਪਾਪਾ ਦੇ ਵੀ ਬੂਟ ਚੁੱਕੋ ਬਸ ਚਲਾਉਣੀ ਨਹੀਂ ਛਾਣ ਹੁਣ ਨਹੀਂ ਚਲਾਉਣੀ ਤਾਂ ਆਪਣੀ ਜੁੱਤੀ ਵੀ ਉੱਥੇ ਸਾਈਡ ਤੇ ਕਰ ਦਿਓ ਹਾਂ ਬਸ ਵੇਲ ਆਪਣੀ ਚੀਜ਼ ਨਹੀਂ ਪਸੰਦ ਆਈ ਜਿਹੜੀ ਉਹਨੂੰ ਲੈ ਕੇ ਦਿੱਤੀ ਆ ਹੈ ਕਿ ਨਹੀਂ ਵੇਲੇ ਵੇਖਿਆ ਉਹਨੂੰ ਗੁਰਸਾਹਿਬ ਉਹ ਵੇਖ ਤੇਰਾ ਗੁਰਸਾਹਿਬ ਉਹ ਵੇਖੋ ਗੁਰਸਾਹਿਬ ਉਹ ਜੇ ਤੁਹਾਡਾ ਵੇ 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 ਉੱਧਰ ਕਿਉਂ
ਇਹ ਲੱਥੂਗਾ ਤੇ ਫਿਰ ਹੀ ਪਤਾ ਚੱਲਣਾ। ਵੇਲਾ ਉਹਨੂੰ ਆਪਣੀ ਚੀਜ਼ ਨਹੀਂ ਪਸੰਦ ਆਈ। ਸਾਹਿਬਾ ਵੇਖੋ ਤੁਹਾਡਾ ਹਾਏ ਹਾਂ ਸੁਣਦਾ ਹੀ ਨਹੀਂ। ਚਲੋ ਬਹੁਤ ਅੰਦਰ ਚਲ ਗਈ, ਗਰਮੀ ਬਹੁਤ ਆ ਇੱਥੇ ਹੋਈ ਪਈ ਆ। ਸਾਹਿਬਾ ਗੁਰਸ਼ਾਨ ਚਲੋ ਅੰਦਰ ਕੱਪੜੇ ਲਾਓ ਤੇ ਅੰਦਰ ਚਲੋ, ਬਹੁਤ ਗਰਮੀ ਬੜੀ ਆ। ਤਰਨ ਆ ਲੈ ਕੇ ਜਾਓ ਵੀ ਬਾਊ ਨੂੰ ਵੀ ਹੈਂ। ਇਹਨਾਂ ਨੇ ਤਾਂ ਨਹੀਂ ਗੱਡੀਆਂ ਮਗਰ ਹਟਣਾ ਦੋਵਾਂ ਨੇ।